ਆ ਜਿੰਨੇ ਵੀ ਤੁਸੀਂ ਦੀਵਾਨ ਸੁਣਦੇ ਹੋ ਦੱਸਿਓ ਜਰਾ ਬਈ ਜਰਾ ਉੱਚੀ ਬੋਲ ਕੇ ਦੱਸਿਓ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧਿਆ ਹੈ ਕਿ ਘਟਿਆ ਹੈ ਤੇ ਅੱਜ ਕੱਲ ਗੁਣਗਣੇ ਜੇ ਬਾਬੇ ਕਈ ਤੁਰੇ ਫਿਰਦੇ ਆ ਆਉਂਦੇ ਨਹੀਂ ਕਲਿੱਪ ਜੇ ਕਈਆਂ ਦੇ ਹਰੇਕ ਹੀ ਕਹੀ ਜਾਂਦਾ ਇਹ ਬਾਣੀ ਨਾਲੋਂ ਤੋੜਦੇ ਆ ਜੀ ਇਹ ਬਾਣੀ ਨਾਲੋਂ ਤੋੜਦੇ ਆ ਇਹ ਤੇ ਸ਼ਰਧਾ ਤੋੜੀ ਜਾਂਦੇ ਆ ਸ਼ਰਧਾ ਵਧੀ ਹੈ ਕਿ ਘਟੀ ਹੈ ਬੋਲੋ ਕਾਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਿਆਂ ਤੋਂ ਜ਼ਰੂਰ ਘਟੀ ਹੈ ਪਖੰਡ ਤੋਂ ਜ਼ਰੂਰ ਘਟੀ ਹੈ ਗਲਤ ਪਾਸੇ ਸ਼ਰਧਾ ਘਟੀ ਹੈ ਪਰ ਗੁਰਬਾਣੀ ਵਾਲੇ ਪਾਸੇ ਸ਼ਰਧਾ ਵਧੀ ਹੈ ਘਟੀ ਨਹੀਂ ਇਹਨਾਂ ਨੇ ਦਿਨ ਰਾਤ ਰੱਟਾ ਲਾਇਆ ਹੈ ਤੁਸੀਂ ਮੈਨੂੰ ਨਹੀਂ ਲੱਗਦਾ ਕੋਈ ਵਿਰਲੇ ਦੋ ਚਾਰ ਪ੍ਰਚਾਰਕਾਂ ਨੂੰ ਛੱਡ ਕੇ ਜੇ ਕੋਈ ਅੱਜ ਭੋਗ ਤੇ ਵੀ ਕੀਰਤਨ ਕਰਦਾ ਹੈ ਤੇ ਉਹ ਸਿੱਧਾ ਤਵਾ ਮੇਰੇ ਤੇ ਧਰ ਲੈਂਦਾ ਜੇ ਭੋਗ ਤੇ ਵੀ ਕੋਈ ਕੀਰਤਨ ਕਰਦਾ ਨਾ ਉਹ ਮੇਰੇ ਤੇ ਤਵਾ ਲਾ ਚਾਰੇ ਪਾਸੇ ਘੇਰਨ ਦੀ ਕੋਸ਼ਿਸ਼ ਕਰਦੇ ਨੇ ਚਾਰੇ ਪਾਸੇ ਇੱਕ ਨਹੀਂ ਜੀ ਚਾਰੇ ਪਾਸੇ ਹਾਏ ਭੋਰਿਆਂ ਤੇ ਅਟੈਕ ਕਰਤਾ ਪਿਛਲੇ ਸ਼ਨੀਵਾਰ ਦੀਵਾਨ ਲਾਇਆ ਸੀ ਇੱਥੇ ਤੇ ਮੈਂ ਕਿਹਾ ਸੀ ਗੁਰੂ ਸਾਹਿਬ ਪ੍ਰਚਾਰ ਕਰਦੇ ਰਹੇ ਆ ਭੋਰੇ ਜੀ ਵੜ ਕੇ ਨਹੀਂ ਬੈਠੇ ਰਹੇ ਮੈਂ ਇਹ ਕਿੱਥੇ ਕਿਹਾ ਸੀ ਵੀ ਭੋਰੇ ਢਾ ਦੇਣੇ ਚਾਹੀਦੇ ਨੇ ਜਦੋਂ ਇਤਿਹਾਸ ਹੀ ਕੋਈ ਨਹੀਂ ਕਿੱਥੇ ਬੋਲਿਆ ਦੱਸੋ ਇਹ ਕਿਹਾ ਸੀ ਪਾਣੀ ਦੇ ਵਿੱਚ ਤੇ ਮੈਂ ਵੀ ਇਸ਼ਨਾਨ ਕਰਦਾ ਭਾਈ ਜਾਇਆ ਕਰੋ ਤੁਸੀਂ ਵੀ ਇਸ਼ਨਾਨ ਕਰਿਆ ਕਰੋ ਪਰ ਪਾਣੀ ਤੇ ਲੈ ਕੇ ਆਉਂਦੇ ਹੋ ਬਾਣੀ ਵੀ ਲੈ ਕੇ ਆਇਆ ਕਰੋ ਇਹੀ ਕਿਹਾ ਸੀ ਤੇ ਗੁਣਗਣੇ ਜੇ ਕਈ ਬੋਲਣ ਗਏ ਸਰੋਵਰ ਢਾ ਦਈਏ ਸਰੋਵਰ ਪੂਰ ਦਈਏ ਲਓ ਜੀ ਅੱਜ ਕੱਲ ਦੇ ਬਾਬੇ ਕਹਿੰਦੇ ਆ ਸਰੋਵਰ ਪੂਰ ਦਿਓ ਕਿੱਥੇ ਪੂਰਨਾ ਤੇ ਕਿੱਥੇ ਮੈਂ ਤੇ ਕਹਿੰਦਾ ਖੁਦ ਇਸ਼ਨਾਨ ਕਰਦੇ ਆ ਸੀ ਪਰ ਇਹ ਲੋਕ ਪਤਾ ਕੀ ਦਿਮਾਗ ਚ ਪਾਉਣਾ ਚਾਹੁੰਦੇ ਆ ਇੱਥੇ ਕਈਆਂ ਨੇ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਨਾ ਸੱਚ ਦੀ ਓਏ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਪੰਜਾਬ ਨੂੰ ਪੰਜਾਬ ਦੇ ਹੱਕ ਦਿਓ ਇਹਨਾਂ ਨੂੰ ਹੱਕ ਦਿਓ ਫਸਲਾਂ ਦੇ ਹੱਕ ਦਿਓ ਪੰਜਾਬ ਨੂੰ ਹੱਕ ਦਿੱਤੇ ਜਾਣ ਜਿਨ੍ਹਾਂ ਨੇ ਹੱਕਾਂ ਦੀ ਗੱਲ ਕੀਤੀ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਿਹਾ ਕੀ ਕਿਹਾ ਬੋਲੋ ਕੀ ਕਿਹਾ ਅੱਤਵਾਦੀ ਤੇ ਜਦੋਂ ਤੋਂ ਗੁਰਬਾਣੀ ਦੀ ਗੱਲ ਕਰਨ ਲੱਗੇ ਆ ਪਹਿਲਾਂ 12 13 ਸਾਲ ਕੋਈ ਨਹੀਂ ਬੋਲਿਆ ਮੱਥਾ ਟਕਾਈ ਜੋ ਤਾਂ ਨਹੀਂ ਕੋਈ ਬੋਲਿਆ ਜੋ ਮਰਜ਼ੀ ਸੁਣਾਈ ਜੋ ਕੋਈ ਨਹੀਂ ਬੋਲਿਆ ਆ ਗੁਰਬਾਣੀ ਦੀ ਕਥਾ ਜਦੋਂ ਤੋਂ ਕਰਨ ਲੱਗੇ ਆ ਉਹਨਾਂ ਨੂੰ ਕਹਿੰਦੇ ਸੀ ਅੱਤਵਾਦੀ ਨੇ ਤੇ ਸਾਡੇ ਤੇ ਠੱਪਾ ਲਾ ਰਹੇ ਨੇ ਕਹਿੰਦੇ ਵਿਵਾਦਵਾਦੀ ਨੇ ਇਹ ਕਹਿੰਦੇ ਵਿਵਾਦ ਛੇੜਦੇ ਨੇ ਅੱਤਵਾਦੀ ਵਿਵਾਦਵਾਦੀ ਹਰੇਕ ਬੰਦਾ ਕਹਿੰਦਾ ਲਓ ਜੀ ਵਿਵਾਦ ਛੇੜਦੇ ਨੇ ਮੈਂ ਕਹਿੰਦਾ ਯਾਰ ਗੁਰਬਾਣੀ ਦੀ ਕਥਾ ਕਰਦੇ ਆ ਵਿਵਾਦ ਕਿਹੜਾ ਹੋ ਗਿਆ ਪਰ ਕਰੀਏ ਕੀ ਕੋਈ ਭੋਰਿਆਂ ਵਾਲਿਆਂ ਨੂੰ ਗੱਲ ਪਸੰਦ ਨਹੀਂ ਆਉਂਦੀ ਕੋਈ ਮੱਥਾ ਟਕਾਉਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਮੇਰੀ ਗੱਲ ਕੋਈ ਆਸ਼ੀਰਵਾਦ ਦੇਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਮੇਰੀ ਗੱਲ ਕਈ ਮਾਲਾ ਪਾਉਣ ਵਾਲਿਆਂ ਨੂੰ ਪਸੰਦ ਨਹੀਂ ਆਉਂਦੀ ਹਰੇਕ ਹੀ ਗੱਲ ਦਾ ਵਿਵਾਦ ਬਣ ਜਾਂਦਾ ਫਿਰ ਕਥਾ ਕਰੀਏ ਤੇ ਕਰੀਏ ਵੀ ਕਾਹਦੀ ਫਿਰ ਤੇ ਇਹ ਵਹਿੰਦੇ ਰਹੀਏ ਵੀ ਉਹ ਨਾ ਰੁੱਸ ਜਾਣ ਕਿਤੇ ਉਹ ਨਾ ਰੁੱਸ ਜਾਣ ਕਿਤੇ ਉਹ ਨਾ ਰੁੱਸ ਜਾਣ ਕਿਤੇ ਵੇਖਿਓ ਸੁਣੋ ਵੇਖੋ ਨਾ ਜੀ ਜਿਵੇਂ ਹੁਣ ਧਿਆਨ ਨਾਲ ਸੁਣੋ ਮੇਰੇ ਆਪਣੇ ਦੀਵਾਨਾਂ ਵਿੱਚ ਤੁਸੀਂ 4 ਸਾਲ ਪਹਿਲਾਂ ਵੇਖਿਆ ਹੈ ਇਸੇ ਜਗ੍ਹਾ ਹੀ ਵੇਖਿਆ 4 ਸਾਲ ਪਹਿਲਾਂ ਮੈਂ 3-4 ਮਾਲਾ ਇੱਧਰ ਪਾਈਆਂ ਹੁੰਦੀਆਂ ਸੀ 3-4 ਇੱਧਰ ਪਾਈਆਂ ਹੁੰਦੀਆਂ ਗਲ 'ਚ ਵੀ ਪਾਈਆਂ ਹੁੰਦੀਆਂ ਸੀ ਜਦੋਂ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਵਿੱਚ ਕਲੀਅਰ ਲਿਖਿਆ ਮਿਲਿਆ ਜਦੋਂ ਬੋਲ ਕੇ ਗਾਇਓ ਜਰਾ ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਗੜਵੇ ਵਾਲਾ ਵੀ ਹੁੰਦਾ ਸੀ ਮੇਰੇ ਨਾਲ ਗੜਵਈ ਗੜਵਈ ਦੀ ਪਦਵੀ ਸੀ ਬੜੀ ਵਧੀਆ ਇੱਕ ਚਲਿਆ ਜਾਂਦਾ ਸੀ ਦੂਜਾ ਗੜਵਈ ਹੈ ਫਿਰ ਤੀਜਾ ਗੜਵਈ ਹੈ ਗੜਵਾ ਵੀ ਖਤਮ ਹੋ ਗਿਆ ਗੜਵਈ ਦੀ ਪਦਵੀ ਵੀ ਖਤਮ ਹੋ ਗਈ ਨਹੀਂ ਤਾਂ ਗੜਵਈ ਹੋਈ ਨਹੀਂ ਸੀ ਮਾਂ ਨਾਥੋਂ ਸਤਨਾਮ ਗੜਵੇ ਵਾਲੇ ਕਿਹੜਾ ਘੱਟ ਹੁੰਦੇ ਵੀ ਸਾਡਾ ਬਾਬਿਆਂ ਦਾ ਗੜਵਾ ਹੈ ਸਾਡੇ ਹੱਥ 'ਚ ਉਹ ਕਿਹੜਾ ਘੱਟ ਹੁੰਦੇ ਹੁਣ ਜਿਹੜੇ ਗੜਵੇ ਚੁੱਕੀ ਫਿਰਦੇ ਆ ਬਾਬਿਆਂ ਨਾਲ ਕਈ ਗੜਵਈ ਹੈ ਨਾ ਗੜਵਾ ਚੁੱਕ ਕੇ ਫਿਰ ਉਹਨਾਂ ਨੂੰ ਬਿਪਤਾ ਛਿੜ ਗਈ ਆਖੋ ਸਤਨਾਮ ਉਹ ਉਹਨਾਂ ਦੀ ਪਦਵੀ ਵੀ ਖੁੱਸਦੀ ਦਿਸਦੀ ਹੈ ਜਦੋਂ ਮੈਂ ਥੱਲੇ ਬਹਿ ਗਿਆ ਵੀ ਮੈਂ ਤੇ ਸੰਗਤ 'ਚ ਬਹਿ ਕੇ ਮਿਲਣਾ ਹੈ ਮੈਂ ਨਹੀਂ ਕੁਰਸੀ ਤੇ ਬਹਿਣਾ ਤੇ ਹੁਣ ਲੋਕੀ ਉਹਨਾਂ ਨੂੰ ਵੀ ਪੁੱਛਦੇ ਨੇ ਵੀ ਤੂੰ ਵੀ ਥੱਲੇ ਆ ਤੂੰ ਕਿਉਂ ਕੁਰਸੀ ਤੇ ਬੈਠਾ ਉਹ ਬਾਬੇ ਕਹਿੰਦੇ ਐ ਜੇ ਤੂੰ ਬਾਬਾ ਐ ਤੇ ਅਸੀਂ ਵੀ ਬਾਬੇ ਰਹਿ ਸਕਦੇ ਆ ਜੇ ਤੂੰ ਗੜਵਈ ਐ ਤੇ ਸਾਡੇ ਕੋਲ ਵੀ ਗੜਵਾ ਵਧੀਆ ਲੱਗਦਾ ਤੂੰ ਮਾਲਾ ਪਾਲਾ ਸਾਨੂੰ ਕੋਈ ਪੁੱਛਦਾ ਅਸੀਂ ਕਹਿੰਦੇ ਟੱਡਰੀਆਂ ਵਾਲਾ ਵੀ ਤਾਂ ਬੰਦਾ ਹੀ ਐ ਸਾਡੇ ਕੋਲੇ ਜਵਾਬ ਬੜਾ ਵਧੀਆ ਐ
ਮੈਂ ਕਹਿੰਦਾ ਐਵੇਂ ਕਿਵੇਂ ਅੜੀਏ ਓਏ ਸਾਰੀ ਦੁਨੀਆ ਨਾਲ ਅੜ ਸਕਦਾ ਪਰ ਆਪਣੇ ਗੁਰੂ ਸਾਹਮਣੇ ਨਹੀਂ ਮੈਂ ਬੋਲ ਸਕਦਾ ਸਤਿ ਸ੍ਰੀ ਅਕਾਲ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਬੋਲਦੇ ਆ ਨਾ ਗੁਰੂ ਗ੍ਰੰਥ ਸਾਹਿਬ ਉਹਨਾਂ ਅੱਗੇ ਮੈਂ ਅੜ ਜਾਂ ਉਹਨਾਂ ਅੱਗੇ ਅੜੀ ਕਿਉਂ ਕਰਾਂ ਤੋੜ ਕੇ ਮਾਰੀਆਂ ਸੀ ਉਦਾਂ ਨਹੀਂ ਜਿੱਦਣ ਪਤਾ ਲੱਗ ਗਿਆ ਸੀ ਇੱਕ ਨਹੀਂ ਛੱਡੀ ਕਮਰੇ 'ਚ ਵੀ ਚੱਕ ਕੇ ਬਾਹਰ ਸੁੱਟੀਆਂ ਸਾਰੀਆਂ ਵੀ ਬਾਣੀ 'ਚ ਤੇ ਯਾਰ ਆਹ ਲਿਖਿਆ ਅਸੀਂ ਕੀ ਕਰੀ ਜਾਂਦੇ ਹਾਂ ਮੁੜ ਕੇ ਨਹੀਂ ਰੱਖੀ ਝੁਕਣਾ ਪੈਣਾ ਪਿਆਰਿਓ ਜਿਹੜੀ ਗੱਲ ਸਮਝ ਆਏ ਉਹਨੂੰ ਮੰਨਿਓ ਜਿਵੇਂ ਮੰਨੋਗੇ ਆਸ਼ੀਰਵਾਦ ਮਿਲੇਗਾ ਅੰਦਰ ਹੀ ਫਿਰ ਦੂਜੀ ਗੱਲ ਸਮਝ ਆ ਵੀ ਉਹ ਮੰਨਿਓ ਹੋਰ ਆਸ਼ੀਰਵਾਦ ਉਦੋਂ ਅਗਲੀ ਮੰਨਿਓ ਅੰਦਰ ਬੈਠਾ ਮਾਲਕ ਸੱਚਾ ਗੁਰੂ ਕਿਤੇ ਨਹੀਂ ਗਿਆ ਸੱਚ ਨੂੰ ਇਗਨੋਰ ਕਰਨਾ ਆਪਣੇ ਆਪ ਨੂੰ ਇਗਨੋਰ ਕਰਨਾ ਹੈ ਸੱਚ ਤੋਂ ਭੱਜਣਾ ਆਪਣੇ ਆਪ ਤੋਂ ਭੱਜਣਾ ਹੈ ਸੱਚ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਹੈ ਓਏ ਸੱਚ ਨਾਲ ਧੋਖਾ ਨਾ ਕਰਿਓ ਆਪਣੇ ਆਪ ਨਾਲ ਧੋਖਾ ਕਰੋਗੇ ਸੱਚ ਨਾਲ ਧੋਖਾ ਨਾ ਕਰਿਓ ਤੁਹਾਡਾ ਆਪਣੇ ਆਪ ਨਾਲ ਧੋਖਾ ਹੋਏਗਾ ਸੱਚ ਤੋਂ ਬਚ ਕੇ ਭੱਜੋਗੇ ਕਿੱਥੇ ਸੱਚ ਫੇਰ ਖੜ ਜਾਣਾ ਆ ਕੇ ਇੱਕ ਦਿਨ ਅੱਗੇ ਹਰ ਇੱਕ ਨੇ ਮਰਨਾ ਹੈ ਲੇਖੇ ਲੈਂਦਾ ਸੱਚ ਲੇਖੇ ਹਿਸਾਬ ਕਿਤਾਬ ਪੁੱਛਿਆ ਜਾਂਦਾ ਹੈ ਅੰਦਰੇ ਅੰਦਰ ਹਿਸਾਬ ਪੁੱਛਦਾ ਹੈ ਨੀਂਦਰਾਂ ਨਹੀਂ ਆਉਂਦੀਆਂ ਦੋ ਨੰਬਰ ਦੇ ਕੰਮ ਕਰਨ ਵਾਲਿਆਂ ਨੂੰ ਧੋਖਾ ਕਰਦਾ ਤੂੰ ਲੋਕਾਂ ਨਾਲ ਗਲਤ ਕੰਮ ਕਰਦਾ ਤੂੰ ਸੱਚ ਤੋਂ ਨਾ ਭੱਜਿਓ ਕਦੀ ਸੱਚ ਤੋਂ ਅੱਖਾਂ ਨਾ ਬੰਦ ਕਰਿਓ ਜਦੋਂ ਸੱਚ ਸਮਝ ਆ ਜੇ ਸੱਚ ਦੇ ਅੱਗੇ ਝੁਕਣਾ ਸਿੱਖੋ ਮੱਥਾ ਟੇਕਣਾ ਸਿੱਖੋ ਨਮਸਕਾਰ ਕਰਨੀ ਸਿੱਖੋ ਸੱਚ ਅੱਗੇ ਝੁਕਣਾ ਰੱਬ ਅੱਗੇ ਝੁਕਣਾ ਹੈ ਗੁਰੂ ਅੱਗੇ ਝੁਕਣਾ ਹੈ ਸੱਚ ਤੋਂ ਪਾਸਾ ਨਾ ਬੇਮੁਖ ਨਾ ਹੋਇਓ ਇਹ ਅਸਲ ਵਿੱਚ ਗੁਰੂ ਵੱਲ ਮੂੰਹ ਹੈ ਜਿੱਦਣ ਸਮਝ ਆ ਜੇ ਉਦਣ ਹੀ ਮੰਨਿਓ ਗੱਲ ਭਾਵੇਂ ਜਿੱਡੀ ਮਰਜ਼ੀ ਕਰੜੀ ਹੋਵੇ ਹੁਕਮ ਜਿੱਡਾ ਮਰਜ਼ੀ ਡਾਢਾ ਹੋਵੇ ਮੰਨਣ ਤੋਂ ਕਤਾਹੀ ਨਾ ਕਰਿਓ ਮੇਰੇ ਗੁਰੂ ਜੀ ਸਾਰੀ ਦੁਨੀਆ ਨਾਲ ਲੜ ਸਕਦਾ ਤੁਹਾਡੇ ਅੱਗੇ ਨਹੀਂ ਬੋਲ ਸਕਦਾ ਜਦੋਂ ਤੁਸੀਂ ਬੋਲਦੇ ਹੋ ਤੇ ਮੈਨੂੰ ਸੱਤ ਬਚਨ ਹੀ ਕਹਿਣਾ ਪੈਂਦਾ ਹੈ ਸੱਤ ਬਚਨ ਸਤਿ ਸ੍ਰੀ ਅਕਾਲ ਆ ਸੁਣਿਓ ਜੀ ਜਰਾ ਸੁਣਿਓ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਲਓ ਦੱਸੋ ਦੱਸੋ ਹੁਣ ਆ ਬਾਪੂ ਅੱਗੇ ਕੌਣ ਬੋਲੇ ਬਈ ਯਾਰ ਮੇਰੇ ਤੋਂ ਤਾਂ ਨਹੀਂ ਠੱਗ ਬਣਿਆ ਜਾਂਦਾ ਆਖੋ ਸਤਨਾਮ ਹੱਥ ਖੜੇ ਆ ਮੇਰੇ ਅਸੀਂ ਨਹੀਂ ਬਣ ਸਕਦੇ ਠੱਗ ਜਿਹਨੇ ਬਣਨਾ ਬਣਿਆ ਰਹੇ ਜਿਹਨੂੰ ਚੰਗਾ ਲੱਗਦਾ ਬਣਿਆ ਰਹੇ ਚਾਰ ਚਾਰ ਪਾ ਲਓ ਫੇਰੀ ਚੱਲੋ ਦਿਖਾਓ ਲੋਕਾਂ ਨੂੰ ਜਿੰਨਾ ਮਰਜ਼ੀ ਮੇਰੇ ਗੁਰੂ ਜੀ ਕਹਿੰਦੇ ਐ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਏ ਕੀ ਵਿਖਾਉਣਾ ਲੋਕਾਂ ਨੂੰ ਹਿਰਦੈ ਰਾਮ ਨਾ ਚਿਤ ਇਹ ਜਪਨੀ ਕਿਆ ਹੋਏ ਜੇ ਅੰਦਰ ਰੱਬ ਦਾ ਪਿਆਰ ਨਹੀਂ ਪਿਆ ਤੇ ਕਿਹੜੀ ਮਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਹੜੀ ਮਾਲਾ ਅੰਦਰੋਂ ਪਿਆਰ ਕਰ ਗੁਰੂ ਨਾਲ ਅੰਦਰੋਂ ਪਿਆਰ ਕਰ ਰੱਬ ਨਾਲ ਦਿਲੋਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਦਿਲੋਂ ਪਿਆਰ ਕਰਨਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣਾ ਸਿੱਖ ਸਾਡੇ ਵਰਗੇ ਕਹਿੰਦੇ ਕਮਾਓ ਸਾਡੇ ਵਰਗੇ ਕਹਿੰਦੇ ਕਮਾਓ ਲੋਕੋ ਕਮਾਓ ਪਰ ਆਪ ਨਹੀਂ ਕਮਾਉਂਦੇ ਜਿੰਨਾ ਚਿਰ ਤੁਸੀਂ ਆਪ ਨਹੀਂ ਕਮਾਉਂਦੇ ਉਹਨਾਂ ਚਿਰ ਬਖਸ਼ਿਸ਼ ਨਹੀਂ ਮਿਲਣੀ ਲੋਕਾਂ ਨੂੰ ਉਪਦੇਸ਼ ਨਾ ਦਈਏ ਆਪ ਵੀ ਮੰਨੀਏ ਕੋਸ਼ਿਸ਼ ਕਰੀਏ ਹੁਣ ਵੇਖਿਓ ਨਾ ਇੱਧਰ ਸੁਣਿਓ ਇੱਕ ਹੋਰ ਸੁਣ ਦਿਓ ਜਦੋਂ ਆਹ ਪੰਗਤੀ ਸੁਣੀ ਹੈ ਮੈਨੂੰ ਕਿਸੇ ਨੇ ਕਹਿਣਾ ਬਾਬਾ ਜੀ ਰੱਖਿਓ ਮੜ ਜਾ ਸਿਰ ਤੇ ਹੱਥ ਤੇ ਮੈਂ ਕਰ ਦੇਣਾ ਇੱਧਰ ਰੱਖ ਦੇਣਾ ਪੱਗ ਦੇ ਉੱਤੇ ਵੀ ਚਲੋ ਕੋਈ ਨਹੀਂ ਭਾਈ ਸਾਰੇ ਮਹਾਂਪੁਰਸ਼ ਰੱਖਦੇ ਨੇ ਆਪਾਂ ਵੀ ਆਪਾਂ ਕਿਹੜਾ ਘੱਟ ਅੱਛਾ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹ ਲਿਆ ਇਹ ਤਾਂ ਸ਼ਬਦ ਤੇ ਸਾਰਾ ਹੀ ਤੁਸੀਂ ਸੁਣਿਆ ਸੀ ਮਲੌਦ ਮਲੌਦ ਆਪਾਂ ਇਹ ਸ਼ਬਦ ਵਿਚਾਰਿਆ ਸੀ ਪਰ ਇਹ ਇੱਕ ਪੰਗਤੀ ਸੁਣ ਲਿਓ ਬਸ ਜ਼ਿਆਦਾ ਨਹੀਂ ਸਮਾਂ ਥੋੜ੍ਹਾ
ਆ ਸੁਣਿਓ ਗੁਰੂ ਜੀ ਬਚਨ ਕਰਦੇ ਆ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਸੁਣੋ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ ਕਹਿੰਦੇ ਚੂਹਾ ਤੇ ਅੱਗੇ ਹੀ ਨਹੀਂ ਸੀ ਖੱਡ ਚ ਵੜਦਾ ਹੁਣ ਡੇਰੇਦਾਰੀ ਦਾ ਛੱਜ ਵੱਜ ਗਿਆ ਹਾਕੜ ਆਕੜ ਆ ਗਈ ਹੰਕਾਰ ਆ ਗਿਆ ਗੱਦੀਆਂ ਲੈਣੀਆਂ ਗੱਦੀਆਂ ਦੇਣੀਆਂ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਕਹਿੰਦੇ ਫਿਰ ਗੱਦੀ ਤੇ ਬਹਿ ਕੇ ਆਸ਼ੀਰਵਾਦ ਦਿੰਦਾ ਹੈ ਜਾ ਤੇਰੇ ਪੁੱਤ ਹੋ ਗਿਆ ਜਾ ਤੇਰੇ ਕਿਰਪਾ ਹੋ ਗਈ ਜਾ ਤੇਰੇ ਕੰਮ ਚੱਲਣਗੇ ਜਾ ਤੇਰੇ ਬਿਜ਼ਨਸ ਚੱਲਣਗੇ ਐਦਾਂ ਆਸ਼ੀਰਵਾਦ ਦਿੰਦਾ ਹੈ ਓਏ ਸਾਹ ਉਹਦੇ ਰੱਬ ਚਲਾਉਂਦਾ ਤੂੰ ਕਿਹੜਾ ਜੰਮ ਪਿਆ ਸਾਹ ਉਹਦੇ ਰੱਬ ਚਲਾਉਂਦਾ ਬੱਚੇ ਜੰਮੇ ਦੋਵਾਂ ਦੇ ਸੰਯੋਗ ਨਾਲ ਪੁੱਤ ਹੋਇਆ ਹੈ ਉਹਦੇ ਸਾਹ ਵੀ ਰੱਬ ਚਲਾਉਂਦਾ ਹੈ ਉਹਦੇ ਸਾਹ ਵੀ ਪਰਮਾਤਮਾ ਚਲਾਉਂਦਾ ਹੈ ਸਰਕੂਲੇਸ਼ਨ ਪਰਮਾਤਮਾ ਚਲਾਉਂਦਾ ਹੈ ਸਾਰਾ ਕੁਝ ਦਿਲ ਰੱਬ ਧੜਕਾਉਂਦਾ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਅੰਤਰ ਜਾ ਦਦਾ ਦਾਤਾ ਸਭ ਕੋ ਸਭਨਾ ਜੀਆਂ ਕਾ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਉਹ ਇੱਕ ਦਾਤਾ ਸੀ ਤੂੰ ਕਿਹੜਾ ਐ ਲੱਗ ਪਿਆ ਕਹਿਣ ਜਾ ਤੈਨੂੰ ਪੁੱਤ ਦੇ ਤਾਂ ਹੱਦ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜੇ ਐਦਾਂ ਕਹਿੰਦੇ ਨੇ ਨਾ ਵੀ ਜਾ ਤੇਰਾ ਮੈਂ ਕੰਮ ਕਰਤਾ ਜਾ ਤੇਰੇ ਕੰਮ ਐ ਮਹਾਰਾ ਕਹਿੰਦੇ ਅੰਦਰੋਂ ਮਰੇ ਹੋਏ ਹੁੰਦੇ ਨੇ ਲੋਕ ਜ਼ਮੀਰੀ ਜ਼ਮੀਰ ਦੀ ਮੌਤ ਮਰੇ ਹੋਏ ਜੇ ਮਰੇ ਹੋਏ ਨਾ ਹੋਣ ਤੇ ਆਸ਼ੀਰਵਾਦਾਂ ਦੇਣੀ ਕਿਉਂ ਜ਼ਮੀਰਾਂ ਮਰ ਚੁੱਕੀਆਂ ਹੁੰਦੀਆਂ ਨੇ ਤੇ ਤਾਂ ਹੀ ਤੇ ਰੱਬ ਦੇ ਸ਼ਰੀਕ ਬਣ ਕੇ ਕਹਿੰਦੇ ਨੇ ਚਾਹ ਮੈਂ ਦਾਤ ਦੇਤੀ ਰੱਬ ਦੇ ਸ਼ਰੀਕ ਬਣੇ ਬਣਦੇ ਹੀ ਤਾਂ ਨੇ ਕਿਉਂਕਿ ਅੰਦਰੋਂ ਜ਼ਮੀਰ ਇਹਨਾਂ ਦੀ ਮਰੀ ਹੋਈ ਹੁੰਦੀ ਹੈ ਦੇਣ ਦਵਾਈ ਸੇ ਮਰ ਹੈ ਗੁਰੂ ਜੀ ਕਹਿੰਦੇ ਅੰਦਰੋਂ ਮਰੇ ਹੋਏ ਹੈ ਤੇ ਜਿਨ੍ਹਾਂ ਨੂੰ ਇਹ ਆਸ਼ੀਰਵਾਦਾਂ ਜਿਹੜੇ ਇਹਨਾਂ ਅੱਗੇ ਸਿਰ ਕਰਦੇ ਹੈ ਕਹਿੰਦੇ ਉਹ ਵੀ ਅੰਦਰੋਂ ਮਰੇ ਹੋਏ ਹੀ ਹੁੰਦੇ ਆ ਆਖੋ ਸਤਨਾਮ ਕਹਿੰਦੇ ਇਹਨਾਂ ਦਾ ਆਪਣਾ ਤੇ ਬੇੜਾ ਗਰਕ ਹੋਇਆ ਹੀ ਹੁੰਦਾ ਅਗਲੇ ਦਾ ਵੀ ਕਰ ਦਿੰਦੇ ਆ ਅਗਲੇ ਦਾ ਵੀ ਨਾ ਕੱਖ ਆਪ ਨੂੰ ਪਤਾ ਹੁੰਦਾ ਨਾ ਅਗਲੇ ਨੂੰ ਦੱਸਦੇ ਆ ਪੜੋ ਦੇਣ ਦਵਾਈ ਸੇ ਮਰ ਹੈ ਜਿਨ ਕੋ ਦੇਣ ਸੇ ਦੇਣ ਦਵਾਈ ਸੇ ਮਰ ਹੈ ਜਿਨਕੋ ਦੇਨੋ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ ਗੁਰੂ ਜੀ ਕਹਿੰਦੇ ਆ ਮੇਰਿਆ ਰੱਬਾ ਸਮਝ ਨਹੀਂ ਆਉਂਦੀ ਤੇਰਿਆਂ ਖੇਡਾਂ ਦਾ ਅੰਤ ਨਹੀਂ ਇਹੋ ਜਿਹੇ ਬੰਦਿਆਂ ਦਾ ਬਣਿਆ ਕੀ ਹੋਣਾ ਹੈ ਲੋਕਾਂ ਨੂੰ ਆਸ਼ੀਰਵਾਦ ਦੇਣ ਵਾਲੇ ਗਏ ਕਿੱਧਰ ਨੂੰ ਹੋਣਗੇ ਤੇਰੇ ਸ਼ਰੀਕ ਬਣ ਕੇ ਇਹਨਾਂ ਦਾ ਬਣੇਗਾ ਕੀ ਜਿਹੜੇ ਤੇਰੇ ਸ਼ਰੀਕ ਬਣਦੇ ਆ ਮੇਰਿਆ ਰੱਬਾ ਤੇਰੇ ਸ਼ਰੀਕ ਬਣਦੇ ਆ ਤੂੰ ਐਡਾ ਵੱਡਾ ਸਾਰੀ ਦੁਨੀਆ ਦਾ ਦਾਤਾ ਤੇ ਤੇਰੇ ਸ਼ਰੀਕ ਬਣਦੇ ਆ ਬਰਾਬਰ ਤੂੰ ਲੋਕਾਂ ਨੂੰ ਪੁੱਤ ਦੇਣਾ ਇਹ ਪੁੱਤ ਦੇਣਗੇ ਤੂੰ ਲੋਕਾਂ ਨੂੰ ਦਾਤਾਂ ਦੇਣਾ ਇਹ ਦੇਣਗੇ ਦਾਤਾਂ ਇਹ ਲੋਕਾਂ ਨੂੰ ਜ਼ਿੰਦਗੀ ਬਖਸ਼ਣਗੇ ਜਿਨ੍ਹਾਂ ਦੇ ਆਪਣੇ ਇੱਕ ਸਾਹ ਦਾ ਪਤਾ ਨਹੀਂ ਇਹ ਲੋਕਾਂ ਨੂੰ ਠੀਕ ਕਰਨਗੇ ਇਹਨਾਂ ਨੂੰ ਪਤਾ ਨਹੀਂ ਕਦੋਂ ਅਟੈਕ ਹੋ ਕੇ ਮਰ ਜਾਣਾ ਇਹ ਲੋਕਾਂ ਨੂੰ ਠੀਕ ਕਰਨਗੇ ਜਿਹੜੇ ਸ਼ੂਗਰ ਦੇ ਖੁਦ ਮਰੀਜ਼ ਨੇ ਇਹ ਲੋਕਾਂ ਨੂੰ ਠੀਕ ਕਰਨਗੇ ਜਿਹੜੇ 40-40 ਗੋਲੀਆਂ ਆਪ ਖਾਂਦੇ ਨੇ ਇਹ ਲੋਕਾਂ ਨੂੰ ਕਹਿੰਦੇ ਨੇ ਨਹਾਓ ਪਾਣੀ ਵਿੱਚ ਠੀਕ ਹੋ ਜਾਓਗੇ ਆ ਜਾ ਸਾਡੇ ਡੇਰੇ ਆ ਲੈ ਜਾ ਪਾਣੀ ਦੀ ਬੋਤਲ ਤੇ ਜਿੱਦਣ ਆਪ ਬਿਮਾਰ ਹੁੰਦੇ ਨੇ ਉਦੋਂ ਪਾਣੀ ਦੀ ਬੋਤਲ ਨਹੀਂ ਲੈਂਦੇ ਸਭ ਤੋਂ ਵੱਡਾ ਡਾਕਟਰ ਹੈ ਉਹਨੂੰ ਚੈੱਕ ਕਰਾਉਂਦੇ ਨੇ ਜਾ ਕੇ ਲੋਕਾਂ ਨੂੰ ਹੀ ਬੁੱਧੂ ਬਣਾਉਂਦੇ ਨੇ ਜਿਹੜੇ ਆ ਗੱਲਾਂ ਕਰਦੇ ਆ ਨਾ ਜੀ ਵੱਡੇ ਵੱਡੇ ਕਥਾਵਾਚਕ ਜਦੋਂ ਮੈਂ ਕਿਹਾ ਸੀ ਇਕੱਲਾ ਪਾਣੀ 'ਚ ਨਾ ਨਹਾਇਆ ਕਰੋ ਸੁਣੋ ਇੱਕ ਗੱਲ ਸੁਣੋ ਬਈ ਇਹ ਜਿਹੜੇ ਬੋਲਦੇ ਸੀ ਵੱਡੇ ਵੱਡੇ ਹਾਲਾਂ ਤੋਂ ਮੰਜੀ ਸਾਹਿਬ ਤੋਂ ਵੀ ਬਹਿ ਕੇ ਬੋਲੇ ਵੀ ਇਹ ਗਦਾਰ ਹੈ ਜੀ ਇਹ ਐਂ ਕਰਦਾ ਮੈਂ ਪੁੱਛਦਾ ਹੁੰਦਾ ਜਿੱਦਣ ਤੇਰੇ ਪੋਤੇ ਤੇਰੇ ਦੋਤੇ ਬਜ਼ੁਰਗਾ ਜਿੱਦਣ ਤੇਰੇ ਪੋਤੇ ਦੋਤੇ ਬਿਮਾਰ ਹੁੰਦੇ ਨੇ ਤੂੰ ਵੀ ਸਰੋਵਰ 'ਚ ਨਹੀਂ ਨਵਾਉਂਦਾ
ਲੋਕਾਂ ਨੂੰ ਹੀ ਕਹਿੰਦਾ ਤੂੰ ਵੀ ਹਸਪੀਟਲ ਹੀ ਲੈ ਕੇ ਜਾਣਾ ਤੂੰ ਵੀ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ ਤੁਸੀਂ ਵੀ ਜਿੱਦਣ ਰਸੌਲੀਆਂ ਹੁੰਦੀਆਂ ਨੇ ਆਪਰੇਸ਼ਨ ਕਰਾਉਂਦੇ ਹੋ ਤੁਸੀਂ ਜਿੱਦਣ ਘਰ ਵਾਲੀ ਬਿਮਾਰ ਹੁੰਦੀ ਹੈ ਅੱਧੀ ਰਾਤ ਨੂੰ ਚੁੱਕ ਕੇ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ ਸਾਰੇ ਸਾਡੇ ਵਰਗਿਆਂ ਦੇ ਆਲੇ ਦੁਆਲੇ ਘੇਰਾ ਪਾਉਂਦੇ ਹੋ ਪਰ ਖੁਦ ਵੇਖੋ ਖੜੇ ਕਿੱਥੇ ਹੋ ਤੁਸੀਂ ਮਨ ਦੇ ਰੋਗ ਠੀਕ ਕਰਾਓ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਲੈ ਕੇ ਓਏ ਤਨ ਦੇ ਰੋਗ ਤੇ ਡਾਕਟਰ ਵੀ ਠੀਕ ਕਰ ਦਿੰਦੇ ਐ ਪੋਲੀਓ ਖਤਮ ਹੋ ਗਿਆ ਕਿ ਨਹੀਂ ਹੋ ਗਿਆ ਬੋਲੋ ਜਰਾ ਭਾਰਤ ਵਿੱਚੋਂ ਪੋਲੀਓ ਨਿਕਲਿਆ ਕਿ ਨਹੀਂ ਨਿਕਲਿਆ ਦੱਸੋ ਬਈ 98% ਨਿਕਲ ਗਿਆ ਡਾਕਟਰਾਂ ਨੇ ਬੂੰਦਾਂ ਪਿਆ ਦਿੱਤੀਆਂ ਕੱਢਤਾ ਇਹ ਤੇ ਡਾਕਟਰ ਵੀ ਬਿਮਾਰੀਆਂ ਕੱਢਦੇ ਆ ਮਨ ਦੇ ਰੋਗ ਮੇਰਾ ਗੁਰੂ ਮਟਾਵਾ ਏ ਕਿਰਪਾ ਕਰਦਾ ਹੈ ਮੇਰਾ ਵੈਦ ਗੁਰੂ ਗੋਬਿੰਦਾ ਆ ਸੱਚਾ ਗਿਆਨ ਲਈਏ ਕਾਮ ਦਾ ਰੋਗ ਮੇਰਾ ਠੀਕ ਹੋਵੇ ਕ੍ਰੋਧ ਦਾ ਰੋਗ ਮੇਰਾ ਠੀਕ ਹੋਵੇ ਲੋਭ ਮੋਹ ਹੰਕਾਰ ਦਾ ਰੋਗ ਮੇਰਾ ਠੀਕ ਹੋਵੇ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਸੀ ਮੇਰੀ ਗੱਲ ਸੁਣੋ ਵੀ ਸਿੰਘੋ ਆ ਜਿਹੜਾ ਬਲੀ ਵਾਲਾ ਜਵਾਬ ਹੈ ਇਹ ਮੰਜੀ ਸਾਹਿਬ ਵਾਲੇ ਦੀਵਾਨ ਹਾਲ ਵਿੱਚੋਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਸਾਰਿਆਂ ਨਾਲੋਂ ਵੱਡੀ ਸਟੇਜ ਕਿਹੜੀ ਹੈ ਬੋਲੋ ਮੰਜੀ ਸਾਹਿਬ ਸਾਰਿਆਂ ਤੋਂ ਵੱਡੀ ਸਟੇਜ ਕਿਹੜੀ ਹੈ ਤੇ ਇਹ ਕਥਾ ਉਹਨਾਂ ਨੂੰ ਦੱਸਣੀ ਚਾਹੀਦੀ ਹੈ ਆ ਜਿਹੜੇ ਵੱਡੇ ਵੱਡੇ ਮਸਲੇ ਨੇ ਵੱਡੇ ਵੱਡੇ ਸਵਾਲ ਨੇ ਸਾਰੀ ਕੌਮ ਜਿਨ੍ਹਾਂ ਦੇ ਜਵਾਬ ਮੰਗਦੀ ਹੈ ਉੱਥੇ ਜਿਹੜੇ ਕਥਾਵਾਚਕ ਕਥਾ ਕਰਦੇ ਨੇ ਉਹ ਦੱਸਣ ਕੱਲਾ ਕੱਲਾ ਬੰਦਾ ਬਹਿ ਕੇ ਟੀਵੀ ਅੱਗੇ ਸੁਣਦਾ ਹੁੰਦਾ ਹੈ ਵੀ ਸਤਿਗੁਰੂ ਦੇ ਦਰ ਤੋਂ ਕਥਾ ਆਉਂਦੀ ਹੈ ਸੁਣੋ ਯਾਰ ਇਹ ਸਵਾਲਾਂ ਦੇ ਜਵਾਬ ਦਿਓ ਕਥਾ ਵਾਚਕੋ ਪਰ ਡਰਦੇ ਹੋ ਤੁਸੀਂ ਵੀ ਲਿਫਾਫੇ ਬੰਦ ਹੋ ਜਾਣਗੇ ਪੁਤਲੇ ਫੂਕਣਗੇ ਸਾਡੇ ਡਰਦੇ ਹੋ ਤੁਸੀਂ ਸਾਡੇ ਵਰਗਿਆਂ ਨੂੰ ਬੋਲਦੇ ਹੋ ਜਦੋਂ ਤੁਹਾਡੇ ਆਕਾ ਕਹਿੰਦੇ ਨੇ ਵੀ ਬੋਲੋ ਇਹਦੇ ਵਿਰੁੱਧ ਨਾਲੇ ਮੈਂ ਕੁਝ ਬੋਲਿਆ ਨਹੀਂ ਹੁੰਦਾ ਪਰ ਗੁਰਬਾਣੀ ਦੀ ਕਥਾ ਕਰਕੇ ਸੁਣਾਓ ਉਹ ਸੱਚ ਦੇ ਅਸਥਾਨ ਤੋਂ ਸੱਚ ਦੀ ਆਵਾਜ਼ ਆਵੇ ਘਰ ਘਰ ਚਾਨਣ ਪਹੁੰਚ ਜਾਏਗਾ ਉਹ ਚਾਨਣ ਹੈ ਉੱਥੇ ਬੜਾ ਚਾਨਣ ਹੈ ਉੱਥੋਂ ਚਾਨਣ ਤੁਰੇ ਸਾਡੇ ਸਾਰੇ ਘਰਾਂ 'ਚ ਚਾਨਣ ਹੋ ਜਾਏ ਸਤਿ ਸ੍ਰੀ ਅਕਾਲ ਸਾਡੇ ਅੰਦਰ ਚਾਨਣ ਹੋ ਜਾਏ ਕਿਉਂ ਲੁਕੋ ਲੁਕੋ ਕੇ ਰੱਖਦੇ ਹੋ ਤੁਸੀਂ ਕਿਉਂ ਪੜਦੇ ਪਾਉਂਦੇ ਹੋ ਕਿਉਂ ਗੋਲ ਮੋਲ ਗੱਲਾਂ ਹੀ ਕਰੀ ਜਾਂਦੇ ਹੋ ਕਿੰਨਾ ਚਿਰ ਕਰੋਗੇ ਗੋਲ ਮੋਲ ਜੇ ਐ ਗੋਲ ਮੋਲ ਕਰਦੇ ਰਹੇ ਪੜਦੇ ਪਾਉਂਦੇ ਰਹੇ ਤੁਸੀਂ ਲੁਕਾਉਂਦੇ ਰਹੇ ਹਰ ਗੱਲ ਤੁਸੀਂ ਲੁਕੋਈ ਗਏ ਲੁਕੋਈ ਗਏ ਲੁਕੋਈ ਗਏ ਪੰਜਾਬ ਦੇ ਲੋਕਾਂ ਨੇ ਜਾਗ ਜਾਣਾ ਹੈ ਤੁਹਾਨੂੰ ਲੁਕਣਾ ਪੈਣਾ ਫਿਰ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਤੁਹਾਨੂੰ ਲੁਕਣਾ ਪੈਣਾ ਹੈ ਲੁਕਣ ਦਾ ਅਰਥ ਇਹ ਹੈ ਵੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਫਿਰ ਸਾਹਮਣੇ ਆ ਕੇ ਸੱਚ ਦੱਸੋ ਵੀ ਆਹ ਸੱਚ ਹੈ ਜੀ ਗੁਰੂ ਗ੍ਰੰਥ ਸਾਹਿਬ ਆ ਕਹਿੰਦੇ ਐ ਮੇਰਾ ਵਿੱਚ ਕੋਈ ਰੋਲ ਨਹੀਂ ਮੇਰਾ ਬਾਪੂ ਕਹਿੰਦਾ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਸੱਚ ਦੱਸੋ